आप लोगों ने काफ़ी बार सुना होगा हिंदुस्तान का आखिरी ढाबा या फिर हिंदुस्तान का आखिरी टी स्टॉल, लेकिन आज मैं आपको इंटरनेशनल बॉर्डर पर बॉर्डर का आखिरी सलून दिखाऊंगा। जिस सलून के बाहर मैं खड़ा हूं, आप देख सकते हैं A1 हेयर स्टाइल हेयर कटिंग सुचेतगढ़ आरसपुरा। आरसपुरा सुचेतगढ़ का एकमात्र इस बॉर्डर में यही सलून है, जिसे हम ये भी कह सकते हैं कि आखिरी सलून। इस पूरे गांव के लोगों को अगर किसी भी सलून में हेयर कटिंग के लिए या हेयर ड्रेसिंग के लिए जाना हो तो वो यहीं पर आएंगे। तो लेकिन जब भी कभी फायरिंग होती है तो ये भी बंद करके यहाँ से इनको जाना पड़ता है। चलिए आइए अब आपको मिलवाते हैं बॉर्डर का आखिरी हेयर सलून या फिर हम कह सकते हैं हेयर ड्रेसिंग का। ये एकमात्र यहाँ पर इनकी दुकान है। क्या नाम है आपका? मेरा नाम सुशील कुमार है। सुशील, डोगरी च गल करचै पंजाबी च गल करचै? इंजे करने हैं अपनी भाषा जी। अपनी भाषा जी गल करने हैं। अच्छा सुशील, ਤੁਹਾਡਾ ਇੱਕੋ ਦੁਕਾਨ ਹੈ ਇੱਥੇ ਇਸ ਪੂਰੇ ਪਿੰਡ 'ਚ? ਹਾਂ, ਸਾਡੇ ਸੁਚੇਗੜ੍ਹ ਪਿੰਡ ਦੇ ਵਿੱਚ ਇੱਕ ਹੀ ਦੁਕਾਨ। ਅੱਛਾ, ਅਤੇ ਕਿੰਨੇ ਗਾਹਕ ਸ਼ਾਹ ਕਿੰਨੇ ਆਉਂਦੇ ਨੇ? ਬਸ ਇਹੀ ਪਿੰਡ ਦਾ ਕੰਮ ਹੈ ਔਰ ਟਾਈਮ ਪਾਸ ਹੋ ਜਾਂਦਾ ਆਪਣਾ ਮਾੜਾ ਮੋਟਾ। ਖਰਚਾ ਖੁਰਚਾ ਕੰਮ ਕਾਜ ਨਿਕਲਦਾ ਠੀਕ ਠਾਕ? ਹਾਂ, ਲੱਗ ਜਾਂਦੀ ਦਿਹਾੜੀ ਬਣ ਜਾਂਦੀ ਹੈ। ਲੱਗੀ ਜਾਂਦੀ ਹੈ। ਹਾਂ, ਇੱਥੇ ਵੀ ਲੋਕ ਆਉਂਦੇ ਨੇ ਪੂਰਾ, ਮਤਲਬ ਕਿਉਂਕਿ ਇੱਥੇ ਵੀ ਅੱਜ ਕੱਲ੍ਹ ਸਟਾਈਲ ਆ ਗਿਆ ਤਾਂ ਉਹਨਾਂ ਬਾਲਾਂ ਦਾ ਇਸ ਤਰ੍ਹਾਂ ਸਟਾਈਲ ਉਸ ਤਰ੍ਹਾਂ ਸਾਰੇ ਇੱਧਰ ਡਿਮਾਂਡ ਆਉਂਦੀ ਹੈ। ਹਾਂ, ਇੱਧਰ ਵੀ ਡਿਮਾਂਡ ਆਉਂਦੀ ਹੈ, ਸਟਾਈਲ ਸਟੂਲ ਬਣਦੇ ਨੇ ਇੱਧਰ ਵੀ। ਅੱਛਾ, ਤੁਸੀਂ ਬਣਾ ਲੈਂਦੇ ਹੋ? ਕਿੱਥੋਂ ਟ੍ਰੇਨਿੰਗ ਲਈ ਹੈ? ਅਸੀਂ ਟ੍ਰੇਨਿੰਗ ਆਰਸਪੁਰਾ ਤੋਂ ਲਈ ਹੈ। ਆਰਸਪੁਰਾ ਤੋਂ ਲਈ ਹੈ? ਹਾਂਜੀ। ਚਲੋ, ਕਿਆ ਬਾਤ ਹੈ। ਅਤੇ ਜਦੋਂ ਫਾਇਰਿੰਗ ਸ਼ਾਇਰਿੰਗ ਹੁੰਦੀ ਹੈ ਫਿਰ ਕੀ ਕਰਦੇ ਹੋ ਤੁਸੀਂ ਇੱਥੇ? ਫਿਰ ਇੱਥੇ ਜਿੰਨੇ ਦਾ ਫਾਇਰਿੰਗ ਚੱਲਦੀ ਅੰਦਰ ਬੰਦ ਰਹਿੰਦੇ ਆ, ਕਿਉਂਕਿ ਇੱਥੇ ਗਾਂਵ ਵਿੱਚ ਕੋਈ ਰਹਿੰਦਾ ਨਹੀਂ ਹੈ। ਅੱਛਾ, ਇੱਥੇ ਗਰਾਂ 'ਚ ਕੋਈ ਰਹਿੰਦਾ ਨਹੀਂ ਸਭ, ਕਿਉਂਕਿ ਫਾਇਰਿੰਗ ਚੱਲੀ ਜਾਂਦੀ ਹੈ, ਇੱਧਰ ਕੋਈ ਰਹਿੰਦਾ ਨਹੀਂ ਹੈ। ਤੁਹਾਡਾ ਵੀ ਕਿੰਨਾ ਨੁਕਸਾਨ ਹੁੰਦਾ? ਸਾਡਾ ਨੁਕਸਾਨ ਕਾਫੀ ਹੋ ਜਾਂਦਾ, ਫਿਰ ਗੁਜ਼ਾਰਾ ਨਹੀਂ ਹੁੰਦਾ ਘਰ ਵਿੱਚ, ਡੰਗਰ ਵੱਛਾ ਰੱਖਿਆ। ਅੱਛਾ, ਔਰ ਉਹਦੇ ਫਿਰ ਦੁੱਧ ਸ਼ੁੱਧ ਵੇਚੀਦਾ ਵਗੈਰਾ, ਟਾਈਮ ਪਾਸ ਕਰੀਦਾ। ਔਰ ਕੈਸੇ ਆਉਂਦੇ ਨੇ ਗਾਹਕ ਸ਼ਾਹਕ ਇੱਥੇ? ਕਿੰਨੇ ਦਿਨ ਦੇ ਕਿੰਨੇ ਗਾਹਕ ਆ ਜਾਂਦੇ ਨੇ ਤੁਹਾਡੇ ਕੋਲ? ਦਿਨ ਦੇ 10 ਵੀ ਆਉਂਦੇ, 15 ਵੀ ਆ ਜਾਂਦੇ ਨੇ, 20 ਵੀ ਆਉਂਦੇ, ਕਿਸੇ ਨੇ ਇੱਕ ਦਿਨ ਨਹੀਂ ਆਉਂਦਾ। ਅੱਛਾ, ਹਾਂ, ਚਲੋ ਬੜੀ ਅੱਛੀ ਗੱਲ ਹੈ ਜੀ। ਅੱਜ ਯਹਾਂ ਪਰ ਲਾਣੇ ਕਾ ਮੇਨ ਮਕਸਦ ਇਹੀ ਥਾ ਕਿ ਜੋ ਯਹਾਂ ਪੇ ਖਾਸ ਕਰਕੇ ਬਾਤ ਕੀ ਜਾਏ ਸੁਚੇਤਗੜ੍ਹ ਮੇਂ। ਸੁਚੇਤਗੜ੍ਹ ਕਾ ਯੇ ਆਖਰੀ ਇੱਕ ਸਲੂਨ ਹੈ ਜਹਾਂ ਪਰ ਲੋਕ ਆਤੇ ਹੈ। ਯਹਾਂ ਪਰ ਵੀ ਹੇਅਰ ਡਰੈਸਿੰਗ ਕੇ ਲੀਏ ਅਲੱਗ ਅਲੱਗ ਸਟਾਈਲਸ ਬਣਾਤੇ ਹੈ ਬਾਲੋਂ ਕੇ ਵੀ, ਜਿਸ ਤਰ੍ਹਾਂ ਸੇ ਅੱਜ ਕੱਲ੍ਹ ਹਰ ਜਗ੍ਹਾ ਟ੍ਰੈਂਡ ਚਲਾ ਹੈ, ਜੰਮੂ ਮੇਂ ਵੀ ਯਹਾਂ ਪਰ ਵੀ ਲੋਕ ਆਤੇ ਹੈ। ਲੇਕਿਨ ਜਬ ਬਾਰਡਰ ਪੇ ਫਾਇਰਿੰਗ ਹੋਤੀ ਹੈ ਤੋ ਬਾਰਡਰ ਪੇ ਫਾਇਰਿੰਗ ਕੀ ਵਜ੍ਹਾ ਸੇ ਜਹਾਂ ਪਰ ਪੂਰਾ ਜੋ ਯਹਾਂ ਕਾ ਪੂਰਾ ਜੀਵਨ ਹੈ, ਯਹਾਂ ਕੇ ਲੋਕ ਹੈ, ਸਾਰਾ ਅਸਤ ਵਿਅਸਤ ਰਹਿਤਾ ਹੈ। ਵਹੀਂ ਯੇ ਜੋ ਏਕਮਾਤਰ ਇੱਕ ਇਧਰ ਸਲੂਨ ਹੈ, ਇਸ ਬਾਰਡਰ ਕਾ ਆਖਰੀ ਸਲੂਨ, ਯੇ ਵੀ ਬੰਦ ਰਹਿਤਾ ਹੈ, ਕਾਰਨ ਬਾਰਡਰ ਪੇ ਫਾਇਰਿੰਗ। ਤੋ ਬਾਰਡਰ ਪੇ ਜਬ ਵੀ ਪਾਕਿਸਤਾਨ ਕੀ ਤਰਫ ਸੇ ਫਾਇਰਿੰਗ ਹੋਤੀ ਹੈ ਤੋ ਨੁਕਸਾਨ ਹਰ ਵਰਗ ਕੇ ਲੋਕੋ ਕੋ ਹੋਤਾ ਹੈ, ਜਿਨਮੇ ਸੇ ਇੱਕ ਵਰਗ ਯੇ ਵੀ ਹੈ ਜਿਨਕੇ ਪਾਸ ਸ਼ਾਇਦ ਜਬ ਬਾਰਡਰ ਪੇ ਫਾਇਰਿੰਗ ਵੀ ਹੋਤੀ ਹੈ ਤੋ ਮੀਡੀਆ ਵਾਲੇ ਕਵਰ ਕਰਨੇ ਤੋ ਆਤੇ ਹੈ, ਲੇਕਿਨ ਸ਼ਾਇਦ ਇਨਸੇ ਕੋਈ ਵੀ ਸੂਦ ਲੈਣੇ ਨਹੀਂ ਆਤਾ। ਆਸ਼ੀਸ਼ ਕੋਹਲੀ ਕੀ ਸਪੈਸ਼ਲ ਸਟੋਰੀ ਇੰਟਰਨੈਸ਼ਨਲ ਬਾਰਡਰ ਸੁਚੇਤਗੜ੍ਹ ਸੇ, ਕੈਮਰਾਮੈਨ ਅਸ਼ੋਕ ਚਲੋਤਰਾ ਜੀ ਕੇ।